ਇਕ ਜੋੜਾ ਹੈਗਾ ਪਿੰਡ ਕੋਣੀ ਦਾ ਹੀ ਹੈਗਾ ਉਹ ਸੰਭਾਲ ਰਿਹਾ ਹੈਗਾ ਮੀਆਂ ਬੀਬੀ ਹੈਗੇ ਦੋਨੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਮਿਹਨਤ ਹੈ ਜਿਹੜੀ ਰੰਗ ਲਿਆਈ ਹੈ ਟ੍ਰੇਨਿੰਗ ਤਾਂ ਆਪ ਹੀ ਦੇਣ ਵਾਲੇ ਹੈਗੇ ਆ ਜੀ ਹਾਂਜੀ ਲੋੜ ਹੀ ਨਹੀਂ ਕਿਤੇ ਜਾਣ ਦੀ ਹਾਂਜੀ ਟ੍ਰੇਨਿੰਗ ਤਾਂ ਫਿਰ ਇੱਥੋਂ ਹੀ ਹੋ ਜਾਨੀ ਹੈਗੀ ਹੈ ਹਾਂਜੀ ਤੇ ਇਹ ਆਪਣੇ ਸਰੀਰ ਦੀ ਫੈਟ ਵੀ ਘਟਾਉਂਦਾ ਹੈ ਹਾਂਜੀ ਜਾਦਾ ਜਿਹੜੀ ਫੈਟ ਆਪਣੇ ਸਰੀਰ ਦੇ ਅੰਦਰ ਜਾ ਰਹੀ ਹੈ ਨਾ ਇਹ ਉਹਨੂੰ ਵੀ ਬਹੁਤ ਵਧੀਆ ਉਹਦੇ ਵਾਸਤੇ ਫਾਇਦੇਮੰਦ ਹੈ। ਬਾਕੀ 슈ਗਰ ਵਾਲੇ ਮਰੀਜ਼ਾਂ ਵਾਸਤੇ ਖਾਸ ਕਰਕੇ 슈ਗਰ ਫ੍ਰੀ ਹੁੰਦਾ ਹੈ ਨਾ। ਪੀਪੀ ਨੂੰ ਕੰਟਰੋਲ ਕਰਦਾ ਹੈ ਤੇ ਨਾਲ ਫਿਰ ਮਤਲਬ ਕਹਿ ਸਕਦੇ ਆ ਲੇਡੀਜ਼ ਵਾਸਤੇ ਖਾਸ ਕਰਕੇ ਵਧੀਆ ਹੁੰਦਾ ਹੈ ਕਿ ਜਿਹਦੇ ਨਾਲ ਫੇਅਰਨੈਸ ਜਿਹੜੀ ਇਹਦੇ ਚ ਆਉਂਦੀ ਹੈ। ਹਾਂਜੀ ਇਹ ਤਾਂ ਹੈਗਾ ਹੀ ਹੈ ਸਕਿਨ ਵਾਸਤੇ ਬਹੁਤ ਹੀ ਵਧੀਆ ਹੈ। ਇਹਦੀ ਤਾਂ ਪੈਕਪੂ ਕੁ ਵਧੀਆ ਬੰਦਿਆ ਹਾਂਜੀ ਇਸ ਤੇ ਲਗਾਉਣ ਵਾਸਤੇ ਉਹ ਉਹ ਵੀ ਬਹੁਤ ਵਧੀਆ ਹਨ ਦੇਖ ਰਹੇ ਹਾਂ ਉਹਨਾਂ ਸਾਰੇ ਪੋਲੀਥੀਨ ਦਾ ਇੱਕ نیچے ਕੀਤਾ ਹੈ ਇਹ ਹੁਣ ਸ਼ਾਮ ਨੂੰ ਸਾਰੇ ਦਾ ਸਾਰਾ ਕਵਰ ਕਰਨਾ ਸਾਰਾ ਢੱਕ ਦੇਣਾ ਸ਼ਾਮ ਨੂੰ ਸਾਰਾ ਟਕਿਆ ਜਾਣਾ ਹੁਣ ਇਹਨੂੰ ਉਲਟਾ ਇਹਨੂੰ ਠੰਡ ਤੋਂ ਬਚਾਉਣਾ ਪੈਣਾ ਇਹ ਇਹਦਾ ਕਾਫੀ ਰੋਜ਼ ਦਾ ਕੰਮ ਹੈ ਹੁਣ ਇਹਨੂੰ ਸਾਰੇ ਨੂੰ ਰੋਜ਼ਾਨਾ ਅਸੀਂ ਕਵਰ ਕਰਾਂਗੇ ਤੇ ਰਜਾਂ ਸਵੇਰ ਤੜਾਈ ਵੇਲੇ ਫੇਰ ਇਹਨੂੰ ਥੱਲੇ ਉਤਾਰਾਂਗੇ ਆਸ-ਪਾਸੇ ਜਦੋਂ ਪੁੱਛਿਆ ਉਹ ਕਹਿੰਦੇ ਕਿ ਸਟਰਾਬਰੀ ਦੇ ਰਾਜਾ ਵੀ ਕਿਹਾ ਜਾਂਦਾ ਹੈ ਹਨਾ ਇਹ ਨਾਮ ਫਿਰ ਕਿਵੇਂ ਲੱਗਦਾ ਹੈ ਨਾ ਤਾਂ ਫਿਰ ਵਧੀਆ ਲੱਗਦਾ ਹੀ ਆ ਜੀ ਜਦੋਂ ਮਿਹਨਤ ਕੀਤੀ ਹੋਵੇ ਤੇ ਫਿਰ ਕਾਮਯਾਬੀ ਵੀ ਹੋਵੇ ਸ਼ੌਂਕ ਵੀ ਬਣ ਜੇ ਫਿਰ ਨਾਮ ਵੀ ਚੰਗਾ ਲੱਗਦਾ ਹੈ ਹਾਂਜੀ ਇਹ ਨਹੀਂ ਹੁੰਦਾ ਕਿ ਜਿਵੇਂ ਮੀਆਂ ਬੀਬੀ ਜਿਹੜੇ ਇਕੱਠੇ ਜਾਂ ਨੋਕ-ਚੋਕ ਹੁੰਦੀ ਹੈ ਹੁੰਦੀ ਹੈ ਇੱਥੇ ਵੀ ਕਿੱਥੇ ਨਹੀਂ ਇਹ ਇੰਨਾ ਤਾਂ ਨਹੀਂ ਹੁੰਦਾ ਜੀ ਥੋੜਾ ਬਹੁਤ ਆ ਕਿਤੇ ਨਾ ਕਿਤੇ ਹੋ ਵੀ ਜਾਂਦਾ ਜਿਵੇਂ ਹੁਣ ਪੈਕਿੰਗ ਦੇ ਵਿੱਚ ਅੱਜ ਹੀ ਸਾਡੀ ਗੱਲ ਹੋ ਗਈ ਸੀ ਕਿ ਹਾਂਜੀ ਉਹ ਇਹ ਥੋੜਾ ਭੋਗ ਤੇ ਚਲੇ ਗਏ ਮੈਂ ਇਹਨਾਂ ਨੂੰ ਦੋ ਵਾਰੀ ਫੋਨ ਵੀ ਲਗਾਇਆ ਪੁੱਛਿਆ ਵੀ ਕਿਸ ਤਰ੍ਹਾਂ ਕਿਵੇਂ ਕਿਵੇਂ ਮੰਡੀਆਂ 'ਚ ਮਾਲ ਪਾਉਣਾ ਫਿਰ ਆ ਕੇ ਥੋੜਾ ਘਬਰਾਉਂਦੇ ਵੀ ਸੀਗੇ ਵੀ ਤੁਸੀਂ ਪੈਕਿੰਗ ਸਹੀ ਨਹੀਂ ਕਰਵਾਈ ਹਾਂਜੀ ਉਹ ਥੋੜਾ ਬਹੁਤ ਆ ਤਾਂ ਫਿਰ ਹੋ ਜਾਂਦਾ ਹਾਂਜੀ ਪਰ ਨਹੀਂ ਇੰਨਾ ਜ਼ਿਆਦਾ ਨਹੀਂ ਕਦੇ ਹਾਂਜੀ ਜੇ ਹੋਣਾ ਵੀ ਚਾਹੀਦਾ ਹੀ ਫਿਰ ਬਿਲਕੁਲ ਉਹ ਕਹਿੰਦੇ ਹੁੰਦੇ ਕਿ ਪਿਆਰ ਬਣਿਆ ਰਹਿੰਦਾ ਜਿੱਥੇ ਮਾੜੀ ਮੋਟੀ ਜਿਹੜੀ ਹੈ ਜ਼ਿੰਦਗੀ ਜਿਹੜਾ ਅਸਲੀ ਮਜ਼ਾ ਉਹ ਫੇਰ ਹੀ ਆਏਗਾ ਨਾ ਅ ਸਤਿ ਸ੍ਰੀ ਅਕਾਲ ਮੈਡਮ ਬੋਲੀਹੋਲੀ ਬਾਬਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੁਹਾਡਾ ਵੀ ਅਸੀਂ ਬੋਲੀਹੋਲ ਬਾਬਾ ਚੈਨਲ ਦਾ ਧੰਨਵਾਦ ਕਰਦੇ ਆਂ ਜੀ ਸਾਹਿਬ ਜਿਹੜੇ ਤੁਸੀਂ ਅੱਜ ਸਾਡੇ ਫਾਰਮ ਤੇ ਆ ਕੇ ਤੇ ਆਪਣੇ ਦਰਸ਼ਕਾਂ ਨੂੰ ਨਵੀਂ ਜਾਣਕਾਰੀ ਦੇ ਰਹੇ ਜੀ ਭਰਾ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਤੇ ਇਹਨਾਂ ਦਾ ਨਾਮ ਜਸਪ੍ਰੀਤ ਕੌਰ ਹੈ ਤੇ ਸਾਡਾ ਪਿੰਡ ਹੈ ਜਿਹੜਾ ਇਹ ਕੌਣੀ ਪਿੰਡ ਹੈ ਡਿਸਟ੍ਰਿਕਟ ਸ੍ਰੀ ਮੁਕਸਤ ਸਾਹਿਬ ਦੇ ਵਿੱਚ ਬਿਲਕੁਲ ਲਾਗੇ ਪੈਂਦਾ ਹੈ ਤੇ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਬਿਲਕੁਲ ਨਾਮ ਜਿਵੇਂ ਗੱਲ ਕਰਦੇ ਕਿ ਰਾਸ਼ੀਦ ਦੋਨਾਂ ਦੀ ਇੱਕ ਹੀ ਹੈਗੀ ਅਤੇ ਬਿਲਕੁਲ ਜਿਹੜੀ ਹੈਗੀ ਵਧੀਆ ਬੈਠੀ ਹੈ ਕਿ ਦੋਨੇ ਜਿਹੜੇ ਹੈਗੇ ਇਕੱਠੇ ਤੁਸੀਂ ਕੰਮ ਕਰ ਰਹੇ ਹੋ ਕਿੰਨਾ ਚਿਰ ਹੋ ਗਿਆ ਬਾਈ ਜੀ ਸਟਰਾਬਰੀ ਨੂੰ ਲੈ ਕੇ ਜਿਹੜਾ ਕੰਮ ਕਰਦੇ ਨੇ ਗੈਸ ਸਟੋਰੀ ਦੇ ਵਿੱਚ ਮੈਨੂੰ ਕਾਫੀ ਲੰਬਾ ਸਮਾਂ ਹੋ ਗਿਆ ਹੈ ਪੂਰੇ ਇਸ ਵਾਰ 10ਵਾਂ ਸਾਲ ਸ਼ੁਰੂ ਹੋ ਚੁੱਕਾ ਹੈ 10 ਸਾਲ ਹੋ ਚੁੱਕੇ ਹੈ ਤੇ ਕਾਫੀ ਇਹ ਲੰਬਾ ਚੌੜਾ ਤਜਰਬਾ ਹੈ ਨਾ ਕਹਿੰਦੇ ਕਿ ਇਹ ਜਿਹੜੀ ਵੱਖਰੇ ਤਰ੍ਹਾਂ ਦੀ ਹੁੰਦੀ ਹੈ ਨਾ ਇਹਦੀ ਖੇਤੀ ਜਿਹੜੀ ਆ ਆਮ ਜਿਹੜੀ ਆਪਾਂ ਖੇਤੀ ਕਰਦੇ ਆ ਕਿ ਵਿਜਾਈ ਕੀਤੀ ਪਾਣੀ ਲਾਇਆ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਫਸਲ ਦੀ ਜਿਹੜੀ ਆ ਆਪਾਂ ਲੈਣੇ ਆ ਲੇਕਿਨ ਇਹ ਕਹਿੰਦੇ ਹੈਗੇ ਕਿ ਮਿਹਨਤ ਕਿੰਨੀ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਬਾਈ ਜੀ ਬਹੁਤ ਇਹ ਹਾਂ ਦੁੱਧਸਰੀਆਂ ਫਸਲਾਂ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਇੱਕ ਇੱਕ ਪਲਾਂਟ ਦਾ ਆਪਣੇ ਬੱਚਿਆਂ ਦੀ ਤਰ੍ਹਾਂ ਦਾ ਖਿਆਲ ਰੱਖਣਾ ਧਿਆਨ ਰੱਖਣਾ ਪੈਂਦਾ ਹਨ ਤੇ ਜਦੋਂ ਤੋਂ ਅਸੀਂ ਲਗਾ ਦਿੰਨੇ ਆ ਉਦੋਂ ਤੋਂ ਪ੍ਰੋਪਰ ਤੁਹਾਨੂੰ ਆਪ ਦੇ ਖੇਤ ਦੇ ਵਿੱਚ ਡੇਲੀ ਆਉਣਾ ਪਏਗਾ ਹਣਾ ਤੇ ਘੱਟੋ ਘੱਟ ਮੈਂ ਇਹ ਸਮਝ ਜਿਹਨੇ ਸਟਰਾਬਰੀ ਕਰਨੀ ਹੈ ਤਾਂ ਤੁਹਾਨੂੰ ਆਪਣੇ ਖੇਤ ਵਾਸਤੇ 10 ਤੋਂ 12 ਘੰਟੇ ਸਮਾਂ ਦੇਣਾ ਪਏਗਾ ਫਿਰ ਤੁਸੀਂ ਇਹਨੂੰ ਕਰ ਸਕਦੇ ਆ ਤੇ ਮਿਹਨਤ ਤਾਂ ਇਹ ਚ ਕਰਨੀ ਪਏਗੀ ਪਹਿਲਾਂ ਹੋਰ ਫਸਲਾਂ ਜਿਹੜੀਆਂ ਸੀਗੀਆਂ ਹੋਰ ਕੀ ਕੀਤਾ ਸੀਗਾ ਜੀ ਨਾਲ ਪਹਿਲਾਂ ਤਾਂ ਜਿਵੇਂ ਆਪਣਾ ਪਿਤਾ ਪੁਰਖੀ ਧੰਦਾ ਹਨ ਤੇ ਓਵੇਂ ਅਸੀਂ ਪਹਿਲਾਂ ਨਰਮਾ ਹੁੰਦਾ ਸੀ ਫਿਰ ਝੋਨਾ ਕਣਕ ਤੇ ਜਿਵੇਂ ਉਹ ਕਰ ਰਹੇ ਸੀਗੇ ਹਨ ਤੇ ਪਰ ਉਹ ਮੇਰੇ ਦਿਮਾਗ ਦੇ ਵਿੱਚ ਥੋੜਾ ਥੋੜਾ ਇਹ ਸੀਗਾ ਵੀ ਕੁਝ ਆਪਾਂ ਬਦਲਾ ਕੇ ਕੀਤਾ ਜਾਵੇ ਤਾਂ ਹੋਰ ਬਿਹਤਰ ਹੋ ਸਕਦਾ ਆਪਣੇ ਪੰਜਾਬ ਦੇ ਭਲੇ ਵਾਸਤੇ ਅੱਜ ਇਹ ਅੱਜ ਦੀ ਲੋੜ ਹੈ ਬਦਲਾ ਦੀ ਹਨ ਤੇ ਇਸ ਕਰਕੇ ਅਸੀਂ ਇਹਨੂੰ ਬਦਲਾ ਦੇ ਵੱਲ ਲੈ ਕੇ ਆ ਰਹੇ ਹਾਂ ਹਨ ਹੋਰ ਕੋਈ ਕੰਮ ਕਰਨ ਦਾ ਸੋਚਿਆ ਸੀਗਾ ਕਿ ਖੇਤੀ ਵਿੱਚ ਜਿਸ ਤਰ੍ਹਾਂ ਦੇ ਕਹਿੰਦੇ ਇੱਕ ਇੱਕ ਲਾਹੇਮੰਦ ਨਹੀਂ ਰਿਹਾ ਹੋਰ ਕਈ ਜਿਹੜੇ ਬਿਜ਼ਨਸ ਵੀ ਜਿਹੜੇ ਸ਼ੁਰੂ ਕੀਤੇ ਗਏ ਆ ਕਿਸਾਨਾਂ ਵੱਲੋਂ ਨਹੀਂ ਐਕਚੁਅਲੀ ਇਹ ਸੀ ਵੀ ਉਹ ਆਪਣੇ ਜਿਵੇਂ ਪਰਿਵਾਰਾਂ ਦੀ ਇੱਕ ਕਹਾਣੀ ਹੁੰਦੀ ਹੈ ਹਨ ਤੇ ਮੇਰੇ ਫਾਦ ਸਾਹਿਬ ਦੀ ਚਾਰ ਭਾਈ ਸੀਗੇ ਹਨ ਤੇ ਉਹ ਚਾਰਾਂ ਭਾਈਆਂ ਦੇ ਵਿੱਚੋਂ ਇਹਨਾਂ ਨੂੰ ਸਭ ਤੋਂ ਪਹਿਲਾਂ ਅਲੱਗ ਕਰ ਦਿੱਤਾ ਗਿਆ ਸੀ ਹਨ ਤੇ ਉਹਨਾਂ ਦਾ ਇਹ ਸੀਗਾ ਵੀ ਮੈਂ ਉਹਨਾਂ ਨਾਲੋਂ ਕਿਸੇ ਗੱਲ 'ਚ ਖੇਤੀ ਦੇ ਵਿੱਚ ਪਿੱਛੇ ਨਾ ਨਵਾਂ ਹਨ ਮੈਨੂੰ ਬਹੁਤ ਛੋਟੇ ਹੁੰਦੇ ਨੂੰ ਹੀ ਉਹਨਾਂ ਨੇ ਇਸ ਖੇਤੀ ਵੱਲ ਪ੍ਰੇਰਿਤ ਕੀਤਾ ਹੋਇਆ ਸੀਗਾ ਉਹਦੇ ਕਾਰਨ ਮੇਰੀ ਐਵੇਂ ਕਹਿੰਦਾ ਮੈਂ ਬਹੁਤ ਜ਼ਿਆਦਾ ਪੜ ਵੀ ਨਹੀਂ ਸਕਿਆ ਹਣਾ ਪਲੱਸ 2 ਕਰਨ ਤੋਂ ਬਾਅਦ ਮੈਂ ਆਪ ਤੇ ਫਾਜ਼ਲ ਸਾਹਿਬ ਨਾਲ ਖੇਤੀ ਦੇ ਵਿੱਚ ਹੀ ਜੁਟ ਗਿਆ ਤੇ ਇਸ ਕਰਕੇ ਮੇਰਾ ਇਹ ਪਹਿਲਾਂ ਤੋਂ ਹੀ ਇਸ ਖੇਤ ਦੀ ਮਿੱਟੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਉਹ ਫਿਰ ਤੁਹਾਡਾ ਕਿਵੇਂ ਬਣਿਆ ਜੀ ਖੇਤੀ ਦੇ ਨਾਲ ਜਿਹੜਾ ਹੈਗਾ ਸੋਹਣਾ ਕਹਿੰਦੇ ਕਿ ਲੇਡੀਜ਼ ਦਾ ਜਿਹੜਾ ਹੈਗਾ ਜ਼ਿਆਦਾ ਟਾਈਮ ਜਿਹੜਾ ਘਰ ਚ ਜਿਹੜਾ ਬਿਤਾਦਾ ਹੈਗਾ ਨਾ ਚੁੱਲ੍ਹੇ ਚੌਕੇ ਤੱਕ ਕੇ ਹਾਂਜੀ ਪਹਿਲਾਂ ਤਾਂ ਮੈਂ ਵੀ ਘਰੇ ਹੀ ਕੰਮ ਕਰਦੇ ਸੀਗੇ ਫਿਰ ਜਦੋਂ ਅਸੀਂ ਇਹ ਫਸਲ ਸ਼ੁਰੂ ਕੀਤੀ ਤਾਂ ਫਿਰ ਨਾਲ ਆਉਣ ਦਾ ਬਣ ਗਿਆ ਜੀ ਹਾਂਜੀ ਕੱਲਿਆਂ ਨੂੰ ਤਾਂ ਫਿਰ ਔਖਾ ਸੀਗਾ ਇੱਥੇ ਇਹ ਕੰਮ ਹੀ ਇਸ ਤਰ੍ਹਾਂ ਦਾ ਵੀ ਇਹਦੇ ਚ ਸਾਰੀ ਫੈਮਿਲੀ ਨੂੰ ਹੀ ਕੰਮ ਕਰਨਾ ਪਏਗਾ ਜੀ ਨਹੀਂ ਤਾਂ ਬਹੁਤ ਔਖਾ ਹੈ ਤੇ ਫਿਰ ਕਿਵੇਂ ਰਹਿੰਦਾ ਘਰ ਦਾ ਕੰਮ ਵੀ ਸੰਭਾਲਣਾ ਹੁੰਦਾ ਹੈ ਹਨਾ ਬੱਚਿਆਂ ਦਾ ਘਰ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਹਿੰਦੇ ਹੈਗੇ ਕਿ ਜਿਹੜਾ ਬੜਾ ਔਖਾ ਹੈਗਾ ਜਿਹੜਾ ਨਹੀਂ ਹੋ ਜਾਂਦਾ ਜੀ ਸਾਰਾ ਕੰਮ ਹੀ ਸੈਟਿੰਗ ਹੋ ਜਾਂਦੀ ਹੈ ਜਦੋਂ ਕਿਸੇ ਚੀਜ਼ باندې ਆਪਣਾ ਟਰਸਟ ਹੋ ਜੇ ਨਾ ਫਿਰ ਸਾਰੇ ਕੰਮ ਹੀ ਮੈਨੇਜ ਹੋ ਜਾਂਦੇ ਹਾਂ ਜੀ ਘਰੇ ਵੀ ਹੋ ਜਾਂਦਾ ਇੱਥੇ ਵੀ ਸੈੱਟ ਹੋ ਜਾਂਦਾ ਸ਼ੁਰੂਆਤ ਕਿਵੇਂ ਹੋਈ ਜੇ ਲੇਡਿਸ ਕਹਿੰਦੇ ਕਿ ਮਤਲਬ ਘਟ ਹੈ ਜਿਹੜਾ ਖੇਤੀਵਾਲ ਨਹੀਂ ਉਹ ਹੁੰਦਾ ਹੈਗਾ ਹੀ ਆ ਜੀ ਘਟ ਤਾਂ ਹੈਗੇ ਆ ਪਰ ਆਪਾਂ ਆਪਣੀ ਫੈਮਿਲੀ ਦੇ ਹਿਸਾਬ ਨਾਲ ਚੱਲਦੇ ਹਾਂ ਨਾ ਜੋ ਫੈਮਿਲੀ ਦੇ ਵਿੱਚ ਜੋ ਸਰ ਆਪਣਾ ਠੀਕ ਨਹੀਂ ਆ ਰਿਹਾ ਸੀਗਾ ਖੇਤ ਦਾ ਤਾਂ ਫਿਰ ਨਾਲ ਇਹ ਬਾਕੀ ਮੈਨੂੰ ਸ਼ੌਂਕ ਵੀ ਬਣ ਗਿਆ ਹੈ ਸ਼ੌਂਕ ਵੀ ਜਿਹੜਾ ਹੈ ਹਾਂਜੀ ਲਈ ਸੀ ਕੋਈ ਟ੍ਰੇਨਿੰਗ ਇਹਨਾਂ ਦੀ ਆ ਕਿ ਫਿਰ ਇਹ ਟ੍ਰੇਨਿੰਗ ਤਾਂ ਆਪ ਹੀ ਦੇਣ ਵਾਲੇ ਹੈਗੇ ਆ ਜੀ ਹਾਂਜੀ ਲੋੜ ਹੀ ਨਹੀਂ ਕਿਤੇ ਜਾਣ ਦੀ ਹਾਂਜੀ ਟ੍ਰੇਨਿੰਗ ਤਾਂ ਫਿਰ ਇੱਥੋਂ ਹੀ ਹੋ ਜਾਣੀ ਹੈਗੀ ਹੈ ਹਾਂਜੀ ਤੇ ਫਿਰ ਕੀ ਸੰਭਾਲ ਦੋ ਇਹਦੇ ਵਿੱਚ ਤੁਸੀਂ ਕਹਿੰਦੇ ਕਿ ਮਤਲਬ ਪੂਰੀ ਪ੍ਰੋਡਕਸ਼ਨ ਤੱਕ ਜਦੋਂ ਹੁੰਦੀ ਹੈਗੀ ਉਹ ਤੁਹਾਡਾ ਹੀ ਜਿੰਮਾ ਹੁੰਦਾ ਪੂਰਾ ਹਾਂਜੀ ਇੱਥੇ ਲੇਡੀਜ਼ ਵਰਕਰ ਕੰਮ ਕਰਦੇ ਫਿਰ ਉਹਨਾਂ ਤੋਂ ਮੈਂ ਕੰਮ ਕਰਵਾ ਲੈਣੀ ਹੈਗੀ ਆ ਅੱਗੇ ਫਿਰ ਪੈਕਿੰਗ ਦਾ ਕੰਮ ਹੈਗਾ ਉਹ ਸਾਰਾ ਮੈਂ ਕਰਵਾ ਲੈਣੀ ਹੈ ਇਹਨਾਂ ਨੂੰ ਫਿਰ ਮੰਡੀ ਕਰਨ ਦਾ ਹੋ ਜਾਂਦਾ ਹੈ ਅੱਛਾ ਹਾਂਜੀ ਅਚਾ ਮੰਡੀ ਕਰਨ ਜਿਹੜੇ ਬਾਹਰ ਦੇ ਕੰਮ ਹੈ ਜਿਹੜਾ ਭਾਈ ਜੀ ਹੋਰਾਂ ਨੂੰ ਸੰਭਾਲ ਰੱਖਿਆ ਹੈ ਸਾਰਾ ਹੀ ਤੇ ਫਿਰ ਇਹ ਜਿਹੜੇ ਪਨੀਰੀ ਹੁੰਦੀ ਹੈ ਇਹਦੀ ਕਿ ਕਿਸ ਤਰ੍ਹਾਂ ਹਾਂਜੀ ਇਹ ਪਨੀਰੀ ਮਿਲਦੀ ਆਪਾਂ ਨੂੰ ਹੁੰਨੇ ਤੋਂ ਲੈ ਕੇ ਆਉਨੇ ਆਪਾਂ ਇੱਕੋ ਦਾ ਹਾਂਜੀ ਠੀਕ ਹੈ ਤੇ ਫਿਰ ਉੱਥੋਂ ਲੈਣ ਲੱਗੇ ਵੀ ਔਖਾ ਹੁੰਦਾ ਹੈ ਕਿ ਜਿਹੜੀ ਟ੍ਰਾਂਸਪੋਰਟੇਸ਼ਨ ਹੁੰਦੀ ਹੈ ਕਿਵੇਂ ਆਂਦੀ ਹੈ ਜਾਂ ਮਤਲਬ ਕਾ ਖਾਸਰਾ ਦਾ ਕੋਈ ਹੁੰਦਾ ਇਹਨੂੰ ਪੈਕਿੰਗ ਚ ਆਂਦੀ ਹੈ ਹਾਂ ਨਹੀਂ ਬਾਈ ਜੀ ਇਹ ਪੂਰਾ ਜਿਹੜਾ ਉੱਥੋਂ ਇਹ ਜਦੋਂ ਅਸੀਂ ਪੌਦ ਮੰਗਾਨੇ ਆ ਪੂਨੇ ਤੋਂ ਮੈਂ ਸਾਰਾ ਪੌਦ ਆਂਦਾ ਹੈ ਤੇ ਉਹਦੇ ਵਾਸਤੇ ਪ੍ਰੋਪਰ ਸਾਨੂੰ ਟਰੱਕਰਾ ਹੀ ਪੂਰਾ ਬੁਕਿੰਗ ਕਰਾਉਣਾ ਪੈਂਦਾ ਉਹ ਪੂਰਾ ਕ੍ਰੇਟ ਸਿਸਟਮ ਨਾਲ ਉਹ ਕਾਫੀ ਉਹ ਤਾਂ ਟੈਨਸ਼ਨ ਵਾਲਾ ਕੰਮ ਹੁੰਦਾ ਨਾ ਹਾਂ ਤੇ ਨਰਸਰੀ ਵਾਲੇ ਨੇ ਤਾਂ ਉਹਨੇ ਆਪ ਦਾ ਪੌਦਾ ਭਰ ਕੇ ਸਾਨੂੰ ਭੇਜ ਦੇਣਾ ਹੈ ਗਾਂ ਜਿੰਮੇਵਾਰੀ ਸਾਰੀ ਆ ਉਹਦੀ ਜਿੰਮੇਵਾਰੀ ਸਿਰਫ ਜਿਹੜੀ ਆ ਲੋਡਿੰਗ ਤੱਕ ਹੈ ਉਹਨਾਂ ਦੀ ਹਾਂ ਬਿਲਕੁਲ ਲੋਡਿੰਗ ਤੱਕ ਹੈ ਬਾਕੀ ਜੋ ਸਾਰੀ ਰਿਸਕ ਹੈ ਉਹ ਆਪਣਾ ਆਪ ਦਾ ਹੁੰਦਾ ਹੈ ਹਾਂ ਉਹ ਆਪਣੇ ਪਹੁੰਚਣ ਤੱਕ ਆਪਣਾ ਰਿਸਕ ਹੈ ਇੱਥੇ ਹਾਂ ਮਤਲਬ ਚੱਕ ਜਿਹੜਾ ਦਿਲ ਫਿਰ ਜਿਹੜਾ ਥੜਕੋ ਹੀ ਕਰਦਾ ਬਿਲਕੁਲ ਬਿਲਕੁਲ ਕਿਉਂ ਇਹ ਕਿਹੜਾ ਉਹ ਹੈਗਾ ਵੀ ਆਪਾਂ ਕੋਈ 10 20000 ਰੁਪਏ ਲਾ ਕੇ ਲੈ ਰਹੇ ਹਾਂ ਇਹ ਤੁਸੀ ਦੇਖੋ ਬਹੁਤ ਮਹਿੰਗਾ ਪੌਦਾ ਹੈ ਨਾ ਤੇ ਉੱਥੋਂ ਆਉਣ ਦਾ ਇੱਕ ਗੱਡੀ ਦਾ ਖਰਚਾ ਹੀ ਲੱਖ ਰੁਪਏ ਪੈ ਜਾਂਦਾ ਹੈ ਨਾ ਤੇ ਫਿਰ ਇਹ ਸਾਰਾ ਰਿਸਕ ਤਾਂ ਆਪਾਂ ਨੂੰ ਚੁਲਣਾ ਹੀ ਪੈਣਾ ਕੀ ਫਾਇਦਾ ਕੀ ਹੈ ਜੀ ਇਸ ਫਰੂਟ ਦਾ ਕੋਈ ਹਾਂ ਤਾਂ ਹੁਣ ਸਟੱਡੀ ਇਹਦੇ ਬਾਰੇ ਹਾਂਜੀ ਹਾਂ ਇਹ ਆਪਣੇ ਕੈਲਸ਼ੀਅਮ ਇਹਦੇ ਵਿੱਚ ਕਾਫੀ ਜਾਂ ਮਾਤਰਾ ਵਿੱਚ ਪਾਇਆ ਜਾਂਦਾ ਹੈ ਨਾ ਤੇ ਇਹ ਆਪਾਂ ਨੂੰ ਜਿਵੇਂ ਚਮੜੀ ਦੇ ਰੋਗ ਆਉਂਦੇ ਹਨ ਉਹਦੇ ਵਾਸਤੇ ਬੜਾ ਵਧੀਆ ਹੈ ਨਾ ਆਪਣੇ ਖੂਨ ਬਲੱਡ ਸਰਕੂਲੇਸ਼ਨ ਜਿਹੜਾ ਉਹਨੂੰ ਇਹ ਜਿਵੇਂ ਆਪਾਂ ਅੱਜ ਬਲੱਡ ਕਲਾਉਡਸ ਬਣ ਰਹੇ ਹਨ ਹਾਂ ਉਹਦੇ ਵਾਸਤੇ ਇਹ ਬਹੁਤ ਹੀ ਅੱਛਾ ਹੈ ਹਾਰਟ ਵਾਸਤੇ ਬੜਾ ਅੱਛਾ ਹੈ ਨਾ ਹਾਂ ਤੇ ਇਹ ਆਪਣੇ ਸਰੀਰ ਦੀ ਫੈਟ ਵੀ ਘਟਾਉਂਦਾ ਹੈ ਜਾਦਾ ਜਿਹੜੀ ਫੈਟ ਆਪਣੇ ਸਰੀਰ ਦੇ ਅੰਦਰ ਜਾ ਰਹੀ ਹੈ ਨਾ ਇਹ ਉਹਨੂੰ ਵੀ ਬਹੁਤ ਵਧੀਆ ਉਹਦੇ ਵਾਸਤੇ ਫਾਇਦੇਮੰਦ ਹੈ ਬਾਕੀ 슈ਗਰ ਵਾਲੇ ਮਰੀਜ਼ਾਂ ਵਾਸਤੇ ਖਾਸ ਕਰਕੇ 슈ਗਰ ਫ੍ਰੀ ਹੁੰਦਾ ਹੈ ਹੈਨਾ ਹਾਂ اچھا ਇਹਦੇ ਚ 슈ਗਰ ਜਿਹੜੀ ਨਹੀਂ ਜਿਵੇਂ ਆਪਾਂ ਬਾਕੀ ਫਰੂਟਸ ਚ ਆਪਾਂ ਕਹਿ ਦਿੰਨੇ ਜੀ ਬਿਲਕੁਲ ਬਿਲਕੁਲ ਹਾਂ ਇਹ ਇਹ ਬਿਲਕੁਲ 슈ਗਰ ਫ੍ਰੀ ਹੁੰਦਾ ਇਹਨੂੰ ਹਰ ਇੱਕ ਬੰਦਾ ਖਾ ਸਕਦਾ ਹੈ ਇਹ ਵੀ ਇੱਕ ਬੜਾ ਵਧੀਆ ਹੈ ਨਾ ਵੱਡੀ ਗੱਲ ਤਾਂ ਵੀ ਅੱਜ ਕੱਲ ਦੇ ਸਮੇਂ ਦੇ ਵਿੱਚ ਨਾ ਬੀਪੀ ਜਿਹੜਾ ਹੈਗਾ ਇਹਦੀ ਸ਼ਿਕਾਇਤ ਸਾਰਿਆਂ ਨੂੰ ਹੀ ਹੈਗੇ ਉਹਦੇ ਵਿੱਚ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਲਾਭਦਾਇਕ ਹੁੰਦਾ ਹੈ ਫਿਰ ਇਹ ਬਿਲਕੁਲ ਸਾਡਾ ਇਹ ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖਦਾ ਹੈ ਇਸ ਕਰਕੇ ਬਾਕੀ ਕਿਸੇ ਦੀ ਖੂਨ ਦੀ ਕਮੀ ਆਂਦੀ ਹੈ ਨਾ ਉਹਦੇ ਵਾਸਤੇ ਬੜਾ ਵਧੀਆ ਰਹਿੰਦਾ ਹੈ ਇਹ ਉਹਨੂੰ ਵੀ ਬਹੁਤ ਅੱਛੀ ਇਹ ਨਹੀਂ ਦਾ ਕਹਨਾਂ ਤੁਸੀਂ ਲੈ ਨੋ ਆਪਾ ਫਰੂਟ ਨਹੀਂ ਇਹਨੂੰ ਆਪਾ ਮੈਡੀਸਿਨ ਹੀ ਕਹਿ ਸਕਦੇ ਕਿ ਬਿਲਕੁਲ ਬਿਲਕੁਲ ਇਹ ਮੈਡੀਸਨ ਦੀ ਤੁਸੀਂ ਦੇਖੋਗੇ ਇਹ ਉਹੀ ਆ ਨਾ ਇਹ ਦਾ ਟੇਸਟ ਆ ਜਿਹੜਾ ਆਮ ਆਪਣੇ ਜਿਹੜਾ ਪਿੰਡੂ ਲੈਵਲ ਦਾ ਨਾ ਇਹ ਟੇਸਟ ਨਹੀਂ ਹੈਗਾ ਆ ਇੱਕ ਨਵੇਂ ਜਿਹੜੇ ਬੱਚੇ ਆ ਉਹ ਉਹ ਜਰੂਰ ਇਹਦਾ ਟੇਸਟ ਬਣ ਚੁੱਕਿਆ ਪਰ ਜਿਹੜੇ ਆਪਣੇ ਵੱਡੇ ਸਿਆਣੇ ਬਜ਼ੁਰਗ ਹਨ ਆਪਾਂ ਮਿੱਠਾ ਫਰੂਟ ਜ਼ਿਆਦਾ ਖਾ ਕੇ ਕੋਸ ਹਨ ਤੇ ਤੁਸੀਂ ਦੇਖੋਗੇ ਸ਼ਹਿਰਾਂ ਦੇ ਵਿੱਚ ਜੋ ਜਿੰਨੇ ਪੜੇ ਲਿਖੇ ਜਿੰਨੂੰ ਇਹਦੇ ਬਾਰੇ ਪਤਾ ਹੈ ਉਹ ਇਹਨੂੰ ਜਰੂਰ ਸਿਖਾ ਰਹੇ ਹਨ ਯੂਜ਼ ਕਰ ਰਹੇ ਹਨ ਮਤਲਬ ਜਿਹੜਾ ਬੀਪੀ ਨੂੰ ਕੰਟਰੋਲ ਕਰਦਾ ਇਹਦੇ ਨਾਲ ਫਿਰ ਮਤਲਬ ਕਹਿ ਸਕਦੇ ਆ ਲੇਡੀਜ਼ ਵਾਸਤੇ ਖਾਸ ਕਰਕੇ ਵਧੀਆ ਹੁੰਦਾ ਹੈ ਕਿ ਜਿਹਦੇ ਨਾਲ ਫੇਅਰਨੈਸ ਜਿਹੜੀ ਇਹਦੇ ਚ ਆਂਦੀ ਹੈ ਹਾਂਜੀ ਇਹ ਤਾਂ ਹੈਗਾ ਹੀ ਆ ਸਕਿਨ ਵਾਸਤੇ ਬਹੁਤ ਹੀ ਵਧੀਆ ਇਹਦਾ ਇਹਦੀ ਤਾਂ ਪੈਕਪੂਕ ਵਧੀਆ ਬੰਦਿਆ ਹਾਂਜੀ ਫੇਸ ਤੇ ਲਗਾਉਣ ਵਾਸਤੇ ਉਹ ਉਹ ਵੀ ਬਹੁਤ ਵਧੀਆ ਹਾਂਜੀ ਇਹ ਘੱਟ ਲੋਕਾਂ ਨੂੰ ਹੀ ਪਤਾ ਹੈ ਮੇਰੇ ਖਿਆਲ ਚ ਜੇ ਲੇਡੀਜ਼ ਨੂੰ ਇਹਦਾ ਖਾਸ ਤੌਰ ਤੇ ਪਤਾ ਲੱਗ ਜਾ ਤਾਂ ਮੇਰੇ ਖਿਆਲ ਚ ਸਟਰਾਬਰੀ ਦੀ ਜਿਹੜੀ ਹੈਗੀ ਵਿਕਰੀ ਜ਼ਿਆਦਾ ਹੋ ਸਕਦੀ ਹਾਂਜੀ ਇਹ ਤਾਂ ਹੈਗਾ ਹੀ ਆ ਨਹੀਂ ਵਧੀਆ ਵੀ ਹੈ ਭਾਈ ਜੀ ਮੈਂ ਇਹ ਕਹਿੰਦਾ ਜਦੋਂ ਮੈਂ ਪਹਿਲੀ ਵਾਰ ਸਟ੍ਰੋਬਰੀ ਲਗਾਇਆ ਸੀ ਨਾ ਅੱਜ ਤੋਂ 10 ਸਾਲ ਪਹਿਲਾਂ ਸਟ੍ਰੋਬਰੀ ਲਗਾਇਆ ਸੀ ਹੈ ਨਾ ਤੇ ਉਸ ਟਾਈਮ ਮੈਂ ਜਦੋਂ ਪਹਿਲੀ ਵਾਰ ਸਟੋਬੇ ਮੁਕਸਰ ਮੰਡੀ ਦੇ ਵਿੱਚ ਅਸੀਂ ਇੱਥੇ ਸਾਡੇ ਮੁਕਸਰ ਸਾਹਿਬ ਨੇੜੇ ਪੈਂਦਾ ਲੈ ਕੇ ਗਏ ਤਾਂ ਲੋਕਾਂ ਨੂੰ ਦੱਸਣਾ ਪੈਂਦਾ ਸਟ੍ਰੋਬਰੀ ਕੀ ਹੈ ਹੈ ਨਾ ਪਰ ਅੱਜ ਬਹੁਤ ਅਵੇਅਰਨੈਸ ਆ ਚੁੱਕਿਆ ਇੱਤਾਂ ਮੇਰੇ ਇੱਥੇ ਖੇਤ ਮੇਰੇ ਪਿੰਡਾਂ ਦੇ ਮੈਂ ਸਭ ਤੋਂ ਵੱਡੀ ਖੁਸ਼ਕਿਸਮਤ ਹਾਂ ਨਾ ਮੇਰੇ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਵੀ ਸਟ੍ਰੋਬਰੀ ਕੀ ਹੈ ਠੀਕ ਹੈ ਹੋਰ ਨਹੀਂ ਪਤਾ ਨਾ ਪਰ ਮੈਂ ਇਸ ਇਸ ਗੱਲ ਦੇ ਵਿੱਚ ਕਾਮਯਾਬ ਹੋ ਜੁਆ ਹਾਂ ਮੇਰੇ ਮੁਕਸਰ ਪ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਸਟ੍ਰੋਬਰੀ ਕੀ ਚੀਜ਼ ਹੈ ਹੈਨਾ ਠੀਕ ਹੈ ਚਲੋ ਉਹ ਵੱਖਰੀ ਗੱਲ ਹੈ ਵੀ ਨਹੀਂ ਕੋਈ ਕਰ ਰਿਹਾ ਇਹ ਬਹੁਤ ਔਖਾ ਕੰਮ ਹੈ ਉਹ ਹਰ ਇੱਕ ਨਹੀਂ ਨਹੀਂ ਕਰ ਸਕਦਾ ਥੋੜੇ ਥੋੜੇ ਹੁਣ ਮੈਨੂੰ ਦੇਖ ਕੇ ਸ਼ੁਰੂ ਵੀ ਕੀਤਾ ਹੈ ਇੱਥੇ ਮੇਰੇ ਨੇੜੇ ਦੋ ਤਿੰਨ ਪਿੰਡਾਂ ਉੱਥੇ ਇੱਕ ਲੁਧਿਆਣੇ ਤੋਂ ਇੱਕ ਲੜਕਾ ਨੇ ਸ਼ੁਰੂ ਕੀਤਾ ਹੈ ਕਰ ਰਹੇ ਹੈ ਪਰ ਮੈਨੂੰ ਉਮੀਦ ਹੈ ਵੀ ਆਉਂਦੇ ਸਾਲਾਂ ਦੇ ਵਿੱਚ ਅਸੀਂ ਕਾਫੀ ਅੱਗੇ ਵਧਾਂਗੇ ਜਦੋਂ ਆਪਾਂ ਇਹਦੀ ਪਨੀਰੀ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਜਦੋਂ ਫਰੂਟ ਜਿਹੜਾ ਹੈਗਾ ਕਿਦੋਂ ਤੱਕ ਆਪਾਂ ਲੈ ਸਕਦੇ ਹਾਂ ਆ ਇਹ ਜਦੋਂ ਅਸੀਂ ਪਲਾਂਟੇਸ਼ਨ ਕਰਦੇ ਆ ਨਾ ਪਲਾਂਟੇਸ਼ਨ ਕਰਨ ਤੋਂ ਕਰੀਬ ਕਰੀਬ ਢਾਈ ਤੋਂ 3 ਵੀ ਦਿਨ ਬਾਅਦ ਇਹਦੀ ਫਰੂਟਿੰਗ ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਕੰਟੀਨਿਊੀ 3-4 ਮਹੀਨੇ ਦੀ ਫਰੂਟਿੰਗ ਚੱਲ ਟੋਟਲ ਇਹ 7-8 ਮਹੀਨਿਆਂ ਦਾ ਕਰੋਪ ਆਈ 7-8 ਮਹੀਨਿਆਂ ਦਾ ਇਹਦਾ ਪੀੜ ਹੁੰਦਾ ਹੀ ਆ ਤੇ ਫਿਰ ਮੇਨਲੀ ਇਹਨੂੰ ਬਚਾਉਣ ਦਾ ਕੀ ਹੁੰਦਾ ਹੈ ਕਿ ਡਾਰਕ ਇਸ ਚੀਜ਼ ਦਾ ਹੁੰਦਾ ਇਹਨੂੰ ਡਾਰ ਜਦੋਂ ਅਸੀਂ ਪਲਾਂਟੇਸ਼ਨ ਕਰਦੇ ਆ ਹਨ ਉਸ ਟਾਈਮ ਆਪਣਾ ਟੈਂਪਰੇਚਰ ਬਹੁਤ ਹਾਈ ਹੁੰਦਾ ਹਨਾ ਸਤੰਬਰ ਦੇ ਵਿੱਚ ਇਹਨੂੰ ਲਗਾਇਆ ਜਾਂਦਾ ਉਦੋਂ ਟੈਂਪਰੇਚਰ ਹਾਈ ਉਦੋਂ ਇਹਨੂੰ ਗਰਮੀ ਤੋਂ ਬਚਾਉਣਾ ਪੈਂਦਾ ਪੂਰੇ ਖੇਤ ਦੇ ਉੱਪਰ ਪੂਰਾ ਸਪ੍ਰਿੰਗਲਰ ਸਿਸਟਮ ਲੱਗਦਾ ਹੈ ਫੁਆਰਾ ਸਿਸਟਮ ਇਹਨੂੰ ਕਹਿੰਦੇ ਆਪਾਂ ਉਹਦੇ ਨਾਲ ਇਹਨੂੰ ਬਚਾ ਗਰਮੀ ਤੋਂ ਬਚਾ ਕੇ ਰੱਖਣਾ ਪੈਂਦਾ ਜਦੋਂ ਦਸੰਬਰ ਸ਼ੁਰੂ ਹੋ ਜਾਂਦਾ ਹੈ ਉਲਟਾ ਠੰਡ ਠੰਡ ਜਿਆਦਾ ਸ਼ੁਰੂ ਹੋ ਜਾਂਦੇ ਤੁਸੀਂ ਦੇਖ ਰਹੇ ਹੋ ਹੁਣ ਸਾਰੇ ਪੋਲੀਥੀਨ ਇੱਕ نیچے ਕੀਤਾ ਹੈ ਇਹ ਹੁਣ ਸ਼ਾਮ ਨੂੰ ਸਾਰੇ ਦਾ ਸਾਰਾ ਕਵਰ ਕਰਨਾ ਸਾਰਾ ਢੱਕ ਦੇਣਾ ਸ਼ਾਮ ਨੂੰ ਸਾਰਾ ਢੱਕਿਆ ਜਾਣਾ ਹੁਣ ਇਹਨੂੰ ਉਲਟਾ ਇਹਨੂੰ ਠੰਡ ਤੋਂ ਬਚਾਉਣਾ ਪੈਂਦਾ ਇਹ ਇਹਦਾ ਕਾਫੀ ਰੋਜ਼ ਦਾ ਕੰਮ ਹੈ ਹੁਣ ਇਹਨੂੰ ਸਾਰੇ ਨੂੰ ਰੋਜ਼ਾਨਾ ਅਸੀਂ ਕਵਰ ਕਰਾਂਗੇ ਤੇ ਰਜਾਂ ਸਵੇਰ ਤੜਾਈ ਵੇਲੇ ਫੇਰ ਇਹਨੂੰ ਥੱਲੇ ਉਤਾਰਾਂਗੇ ਇਹ ਕਾਫੀ ਵੱਡਾ ਕੰਮ ਹੁੰਦਾ ਹੈ ਮਤਲਬ ਬਾਕੀਆਂ ਨੂੰ ਤਾਂ ਇਹ ਹੁੰਦਾ ਕਿ ਚਲੋ ਗਰਮੀ ਤੋਂ ਜਾਂ ਸਰਦੀ ਤੋਂ ਜਿਹੜਾ ਬਚਾਉਣਾ ਹੁੰਦਾ ਇਹਨੂੰ ਮਤਲਬ ਦੋਨੇ ਹੀ ਜੜਾ ਹੈਗਾ ਮੌਸਮ ਤੋਂ ਇਹਨੂੰ ਬਚਾ ਕੇ ਦੋਨੇ ਹਾਂ ਹੁਣ ਕਣਕ ਪੀਜ ਦਿੱਤਾ ਨਾ ਕਣਕ ਤੱਪ ਕਹਿੰਨੇ ਧੁੰਦ ਪਊਗੀ ਤੇ ਕੋਹਰਾ ਪਊਗਾ ਤਾਂ ਹੋਰ ਜ਼ਿਆਦਾ ਵਧੀਆ ਹੋਊਗਾ ਪਰ ਇਹਨੂੰ ਉਹਦੇ ਉਸ ਤੋਂ ਵੀ ਬਚਾ ਕੇ ਰੱਖਣਾ ਪੈਣਾ ਹਨ ਤੇ ਇਹ ਇਹਦਾ ਕਾਫੀ ਉਹ ਹੀ ਕਹਿੰਦਾ ਕਾਫੀ ਮਿਹਨਤ ਵਾਲਾ ਕੰਮ ਹੈ ਕਾਫੀ ਤੁਹਾਨੂੰ ਮੈਂ ਅੱਗੇ ਵੀ ਜਿਵੇਂ ਕਿਹਾ ਤੁਹਾਨੂੰ ਖੇਤ ਆਸਤੇ ਕਾਫੀ ਟਾਈਮ ਦੇਣਾ ਪਊਗਾ ਤੁਸੀਂ ਦੇਖਿਆ ਹੀ ਆ ਪੂਰਾ ਮੈਂ ਖੇਤ ਇੱਥੇ ਪੂਰਾ ਦਫ਼ਤਰ ਦੀ ਤਰ੍ਹਾਂ ਨਾ ਪੂਰਾ ਇੱਥੇ ਰਹਿਨੇ ਆ ਫੇਰ ਹੀ ਇਹ ਕਰ ਸਕਦੇ ਨੇ ਅਦਰਵਾਈਜ਼ ਨਹੀਂ ਸਟ੍ਰੋਬਰੀ ਨਹੀਂ ਹੋਏਗੀ ਮਤਲਬ ਮਿਹਨਤ ਦਾ ਵੀ ਹੈ ਤੇ ਪਰ ਲਗਨ ਵੀ ਹੈ ਤੇ ਸ਼ੌਂਕ ਦੀ ਵੀ ਗੱਲ ਹੈ ਤਾਂ ਹੀ ਜਿਹੜਾ ਹੈਗਾ ਆਪਾਂ ਸਟਰਾਬਰੀ ਨੂੰ ਜਿਹੜਾ ਹੈਗਾ ਫਰੂਟ ਜਿਹੜਾ ਆਪਾਂ ਇਹਦਾ ਲੈ ਸਕਦੇ ਹੈਗੇ। ਆ ਲੇਡੀਜ਼ ਤੋਂ ਫਿਰ ਕਿ ਕਿੰਨੇ ਘੰਟੇ ਇੱਥੇ ਜਿਹੜਾ ਹੈਗਾ ਕਿੰਨੇ ਸ਼ੁਰੂਆਤ ਕਰਦੇ ਆ ਤੁਸੀਂ? ਸਵੇਰੇ 9:00 ਤੋਂ ਆਕੇ ਜੀ ਸ਼ਾਮ ਦੇ 5:30 ਵਜੇ ਤੱਕ ਕੰਮ ਕਰਦੇ ਹਾਂ ਜੀ। ਸਾਰਾ ਦਿਨ ਮੈਂ ਇਹਨਾਂ ਦੇ ਕੋਲ ਹੀ ਰਹਿਣੀ ਆ। ਸਾਰਾ ਦਿਨ ਕੰਮ ਇਹਨਾਂ ਤੋਂ ਮੈਂ ਕਰਵਾਉਣੀ ਹੈਗੀ। ਜਦੋਂ ਬਾਈ ਜੀ ਹੋਰਾਂ ਨੇ ਸਟਾਰਟਿੰਗ ਕੀਤੀ ਆ ਉਦੋਂ ਤੁਸੀਂ ਕਿਹਾ ਨਹੀਂ ਕਿ ਮਤਲਬ ਆਪਾਂ ਕੀ ਬੀਜ ਰਹੇ ਆ ਕਿ ਬਾੜੀ ਸੰਭਾਲ ਵਾਲੀ ਆ ਜਾਂ ਹੋਰ ਜਿਹੜੀਆਂ ਫਸਲਾਂ ਜਿਵੇਂ ਚੱਲਦਾ ਉਵੇਂ ਦੀ ਸਟਾਰਟਿੰਗ ਦੇ ਵਿੱਚ ਇਹ ਇਕੱਲੇ ਨਹੀਂ ਸੀਗੇ ਜੀ ਪਹਿਲਾਂ ਇਹਨਾਂ ਦੇ ਨਾਲ ਦੋ ਫਰੈਂਡ ਸੀਗੇ ਅੱਛਾ ਠੀਕ ਹੈ ਉਦੋਂ ਸ਼ੁਰੂ ਕੀਤਾ ਉਸ ਟਾਈਮ ਤੇ ਮੈਨੂੰ ਐ ਸੀਗਾ ਵੀ ਚੱਲ ਤਿੰਨ ਜਾਣੇ ਹੈਗੇ ਆ ਅਸੀਂ ਲਾਇਆ ਵੀ ਥੋੜੀ ਜਗ੍ਹਾ ਸੀ ਇੱਕ ਕਿਲਾ ਲਾਇਆ ਸੀ ਹਾਂਜੀ ਚਲੋ ਰਿਸਕ ਲੈ ਵੀ ਸਕਦੇ ਸੀ ਥੋੜਾ ਲੱਗਦਾ ਤਾਂ ਸੀਗਾ ਮਹਿੰਗਾ ਫਰੂਟ ਹੈ ਜਿਆਦਾ ਫਸਲ ਤੇ ਖਰਚਾ ਹੁੰਦਾ ਜੀ ਤੇ ਪਰ ਫਿਰ ਨਹੀਂ ਜਿਵੇਂ ਜਿਵੇਂ ਅੱਗੇ ਵਧਦੇ ਗਏ ਤੇ ਕਾਮਯਾਬੀ ਮਿਲਦੀ ਗਈ ਹਾਂਜੀ ਮਿਹਨਤ ਦਾ ਕਹਿ ਸਕਦੇ ਆ ਕਿ ਮਤਲਬ ਮਿਹਨਤ ਦੇ ਪਿੱਛੇ ਜਿਹੜਾ ਹੈਗਾ ਕਾਮਯਾਬੀ ਜਿਹੜੀ ਬਹੁਤ ਵੱਡੀ ਹਾਂਜੀ ਇਹ ਤਾਂ ਹੈਗਾ ਜੀ ਹਾਂਜੀ ਮਿਹਨਤ ਤਾਂ ਹੈਗੀ ਕਿੰਨੀਆਂ ਲੇਡੀਜ਼ ਫਿਰ ਇੱਥੇ ਕੰਮ ਕਰਦੀਆਂ ਆ ਪਿੰਡ ਦੀਆਂ ਹੀ ਆ ਫਿਰ ਉਹਨਾਂ ਨੂੰ ਰੋਜ਼ਗਾਰ ਵੀ ਮਿਲੇ ਹਾਂਜੀ ਉਹਨਾਂ ਨੂੰ ਪੂਰਾ ਰੋਜ਼ਗਾਰ ਮਿਲਿਆ ਉਹਨਾਂ ਦਾ 12 ਮਹੀਨੇ ਹੀ ਕੰਮ ਚੱਲਦਾ ਰਹਿੰਦਾ ਇੱਥੇ ਜੀ ਇਸ ਤੋਂ ਬਾਅਦ ਵੀ ਅਸੀਂ ਇਹਦੇ ਵਿੱਚ ਇੰਟਰ ਕ੍ਰੋਪਿੰਗ ਕਰ ਦਿੰਦੇ ਆ ਅੱਗੇ ਕੰਮ ਗਰਮੀ 'ਚ ਵੀ ਉਹਨਾਂ ਦਾ ਚੱਲਦਾ ਹੀ ਰਹਿੰਦਾ ਉਹ 15 ਤੋਂ 20 ਲੇਡੀਜ਼ ਹੈਗੀਆਂ ਜੀ ਜਿਨ੍ਹਾਂ ਦਾ ਪੂਰਾ ਇੱਥੇ ਰੋਜ਼ਗਾਰ ਚੱਲਦਾ ਪੱਕੇ ਕੀਤੇ ਹੋਏ ਪਿੰਡ ਦੀ ਲੇਬਰ ਹੈਗੀ ਆ ਕਿੰਨੇ ਵਜੇ ਤੁਸੀਂ ਸਵੇਰੇ ਇੱਥੇ ਆਨੇ ਤੇ ਕਿੰਨੇ ਵਜੇ ਜਾਣੇ ਉੱਥੇ ਸਵੇਰੇ ਤਾਂ ਮੈਂ 10:30 ਵਜੇ ਆ ਜਾਨੀ ਹਾਂ ਜੀ ਤੇ ਸ਼ਾਮ ਨੂੰ 5 ਵਜੇ ਚਲੀ ਜਾਨੀ ਹਾਂ। ਹਾਂਜੀ। ਇਹ ਪਹਿਲਾਂ ਆ ਜਾਂਦੇ ਆ ਲੇਬਰ ਪਹਿਲਾਂ ਆ ਜਾਂਦੀ ਆ। ਮੈਂ ਸਵੇਰੇ ਘਰ ਦਾ ਕੰਮ ਨਪਟਾ ਕੇ ਫਿਰ 10-11 ਵਜੇ ਆ ਜਾਨੀ ਹਾਂ ਹਾਂਜੀ। ਬੱਚਿਆਂ ਨੇ ਵੀ ਫਿਰ ਜਾਣਾ ਹੁੰਦਾ ਸਕੂਲਿਆਂ ਕਿਵੇਂ? ਹਾਂਜੀ ਬੇਟਾ ਉਹ ਤਾਂ ਦਿੱਲੀ ਪੜਦਾ ਹੈਗਾ। ਹਾਂਜੀ ਉਹ ਤਾਂ ਉੱਥੇ ਸਟੱਡੀ ਕਰ ਰਿਹਾ। ਘਰੇ ਤਾਂ ਬਸ ਮੰਮੀ ਹੈਗੇ ਤੇ ਅਸੀਂ ਹੈਗੇ ਹਾਂ। ਆਸ-ਪਾਸੇ ਜਦੋਂ ਪੁੱਛਿਆ ਉਹ ਕਹਿੰਦੇ ਕਿ ਸਟਰਾਬਰੀ ਦੇ ਰਾਜਾ ਵੀ ਕਿਹਾ ਜਾਂਦਾ ਹੈ ਹਨਾ? ਇਹ ਨਾਮ ਫਿਰ ਕਿਵੇਂ ਲੱਗਦਾ ਹੈ ਨਾ ਤਾਂ ਫਿਰ ਵਧੀਆ ਲੱਗਦਾ ਹੀ ਹੈ ਜੀ ਜਦੋਂ ਮਿਹਨਤ ਕੀਤੀ ਹੋਵੇ ਤੇ ਫਿਰ ਕਾਮਯਾਬੀ ਵੀ ਹੋਵੇ ਸ਼ੌਂਕ ਵੀ ਬਣ ਜੇ ਫਿਰ ਨਾਮ ਵੀ ਚੰਗਾ ਲੱਗਦਾ ਹੈ ਹਾਂਜੀ ਖਾਸ ਕਰਕੇ ਲੇਡੀਜ਼ ਜਿਹੜੀਆਂ ਨਾ ਖੇਤੀ ਤੋਂ ਬਹੁਤ ਡਰਦੀਆਂ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਮੈਂ ਤਾਂ ਖੇਤੀ ਤੋਂ ਜਿਹੜੇ ਹੈਗੇ ਨੌਜਵਾਨ ਪੀੜ੍ਹੀ ਵੀ ਜਿਹੜੀ ਹੈ ਦੂਰ ਜਾ ਰਹੀ ਹੈ ਵਿਦੇਸ਼ਾਂ 'ਚ ਜਾ ਰਹੀ ਹੈ ਕਦੇ ਸੋਚਿਆ ਸੀਗਾ ਕਿ ਵਿਦੇਸ਼ ਜਾਵਾਂਗੇ ਜਾਂ ਆ ਰਾਮ ਨਾ ਕਿਸੇ ਵੱਡੇ ਸ਼ਹਿਰ 'ਚ ਜਾ ਕੇ ਬੈਠਾਂਗੇ ਨੀ ਵਿਦੇਸ਼ ਜਾਣ ਦਾ ਇੱਕ ਵਾਰੀ ਤਾਂ ਅਸੀਂ ਵੀ ਸੋਚਿਆ ਸੀਗਾ ਬੇਟੇ ਨੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ ਪਰ ਨਹੀਂ ਉਹ ਫਿਰ ਰੁਕ ਗਿਆ ਹੈਗਾ ਹਾਂਜੀ ਉਹਨੇ ਵੀ ਮਨ ਬਦਲ ਲਿਆ ਤੇ ਇਸ ਕਰਕੇ ਨਹੀਂ ਸਾਨੂੰ ਜ਼ਿਆਦਾ ਨਹੀਂ ਲੱਗਿਆ ਕਿ ਵਿਦੇਸ਼ ਚ ਜਾਂਦਾ ਸੀ ਇੱਥੇ ਹੀ ਖੁਸ਼ ਹਾਂਜੀ ਫਿਰ ਤੁਸੀਂ ਵੀ ਸਾਰਾ ਕੰਮ ਹੀ ਕਰਦੇ ਹੋ ਜਿਹੜਾ ਤੜਾਈ ਤੋਂ ਲੈ ਕੇ ਜਿਵੇਂ ਦੇਖਿਆ ਸੀਗਾ ਕਿ ਤੁਸੀਂ ਉਹ ਪੈਕਿੰਗ ਦਾ ਕੰਮ ਵੀ ਤੁਸੀਂ ਆਪ ਹੀ ਕਰ ਲਈ ਸੀ ਨਾਲ ਹਾਂਜੀ ਉਹ ਲੜਕੀਆਂ ਹੀ ਕਰਦੀਆਂ ਪੈਕਿੰਗ ਤਾਂ ਫਿਰ ਮੈਂ ਵੈਸੇ ਬੰਡਲ ਬੰਡਲ ਬਣਵਾ ਦੇਣੀ ਥੋੜੀ ਬਹੁਤੀ ਹੈਲਪ ਕਰ ਦੇਣੀ ਹੈ ਨਹੀਂ ਤਾਂ ਅਦਰਵਾਇਜ਼ ਲੜਕੀਆਂ ਤੋਂ ਕਰਵਾ ਲੈਣੀ ਹੈ ਕੰਮ ਸਾਰਾ ਹਾਂਜੀ ਮਤਲਬ ਸਟੈਪ ਕਿਹੜਾ ਕਿਹੜਾ ਜੀ ਹੁੰਦਾ ਉੱਥੇ ਜਦੋਂ ਆਪਾਂ ਇੱਥੇ ਤੜਾਈ ਹੋ ਗਈ ਹਾਂਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਗ੍ਰੇਡਿੰਗ ਹੁੰਦੀ ਹੈ ਜੀ ਮਾਲ ਦੀ ਅੱਗੇ ਅੱਗੇ ਜਿਵੇਂ ਜਿਵੇਂ ਉਹ ਪੈਕਿੰਗ ਵੀ ਤਿੰਨ ਚਾਰ ਤਰ੍ਹਾਂ ਦੀ ਆਪਣੀ ਹੈਗੀ ਉਸ ਤਰ੍ਹਾਂ ਹੀ ਉਹਨਾਂ ਨੂੰ ਦੱਸਿਆ ਹੋਇਆ ਲੜਕੀਆਂ ਨੂੰ ਉਸ ਤਰ੍ਹਾਂ ਫਿਰ ਪੈਕਿੰਗ ਅਲੱਗ-ਅਲੱਗ ਪੈਕ ਹੁੰਦੀ ਹੈ ਇੱਕ 9 ਪੀਸ ਵਾਲਾ ਆਉਂਦਾ ਆਪਣਾ ਡੱਬਾ ਇੱਕਾਠ ਵਾਲਾ ਇੱਕ 2 ਵਾਲਾ ਆ ਰਿਹਾ ਇੱਕ ਉਸ ਤੋਂ ਬਾਅਦ ਛਾਂਟ ਕੇ ਜਮਾਂ ਜੋ ਬ੍ਰੀਕ ਆਉਂਦੀ ਆ ਉਸ ਨੂੰ ਅਸੀਂ ਲੰਘ ਕਿਲੋ ਦੇ ਰੇਟ 'ਚ ਖੁੱਲਾ ਵੀ ਦੇ ਦਿੰਨੇ ਹਾਂ ਉਸ ਤਰ੍ਹਾਂ ਫਿਰ ਉਹ ਕਰਵਾ ਲੈਂਦੇ ਹਾਂ ਫਿਰ ਮਾਰਕੀਟਿੰਗ ਦਾ ਜੇ ਕਿਵੇਂ ਹੁੰਦਾ ਹੈ ਜਿਹੜਾ ਹੈਗਾ ਕਿੱਥੇ ਕਿੱਥੇ ਜਾਂਦੀਆਂ ਜਿਹੜੀਆਂ ਇਹ ਮਾਰਕੀਟਿੰਗ ਇਸ ਤਰ੍ਹਾਂ ਹੁੰਦਾ ਵੀ ਆਪਾਂ ਜੇ ਸਾਰਾ ਮਾਲ ਇੱਕੇ ਮੰਡੀ ਭੇਜ ਦਾਂਗੇ ਤਾਂ ਤੁਹਾਨੂੰ ਉਹ ਪ੍ਰੋਪਰ ਰੇਟ ਨਹੀਂ ਮਿਲੇਗਾ ਹਣਾ ਇਸ ਕਰਕੇ ਸਾਨੂੰ ਇਹਦਾ ਪੂਰਾ ਨੈੱਟ ਦਾ ਉਹ ਮੈਨੇਜਮੈਂਟ ਰੱਖਣਾ ਪੈਂਦਾ ਵੀ ਕਿਹੜੀ ਮੰਡੀ 'ਚ ਅਸੀਂ ਕਿੰਨਾ ਮਾਲ ਅਜ ਭੇਜਣਾ ਉਹਨਾਂ ਤੋਂ ਆਰਡਰ ਲੈਣਾ ਪੈਂਦਾ ਜਾਂ ਉਹਨਾਂ ਦੇ ਆਰਡਰ ਆਉਂਦਾ ਹਣਾ ਐਸਾ ਹੁੰਦਾ ਪੂਰਾ ਇਹ ਆਪਣਾ ਪੰਜਾਬ ਦੇ ਵਿੱਚ ਪੂਰੀਆਂ ਸਾਰੀਆਂ ਮੰਡੀਆਂ 'ਚ ਅਸੀਂ ਭੇਜ ਰਹੇ ਹਾਂ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਜੇ ਬਠਿੰਡਾ ਮਲੂਤ ਇਸ ਨੇੜੇ-ਨੇੜੇ ਤਾਂ ਸਾਰੇ ਜਾਣਾ-ਜਾਣਾ ਗੰਗਾ ਨਗਰ ਹੈ ਹਨਾ ਚੰਡੀਗੜ੍ਹ ਹੈ ਅਸੀਂ ਸਾਰਾ ਉਹ ਸਾਬਣਾ ਇਹਨੂੰ ਮੈਨੇਜਮੈਂਟ ਕਰਕੇ ਉਹ ਮੰਡੀਆਂ ਦੇ ਵਿੱਚ ਰਜਾਨਾ ਇਹ ਭੇਜਣਾ ਹੁੰਦਾ ਹੈ ਜੇ ਮਿਹਨਤ ਜ਼ਿਆਦਾ ਹੈਗੀ ਬਾਕੀ ਫਸਲਾਂ ਨਾਲੋਂ ਠੀਕ ਹੈ ਆਮਦਨ ਜਿਹਦੇ ਨਾਲ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅੱਜ ਦਾ ਕਿਸਾਨ ਜਿਹੜਾ ਹੈਗਾ ਜਿਵੇਂ ਕਰਜ਼ੇ ਹੇਠ ਦੱਬਿਆ ਹੈਗਾ ਜੇਕਰ ਆਪਾਂ ਰਵਾਇਤੀ ਫਸਲ ਤੋਂ ਜੜ ਪਾਸੇ ਹੋਈਏ ਤਾਂ ਸ਼ਾਇਦ ਆਪਾਂ ਆਪਣੀ ਆਰਥਿਕਤਾ ਨੂੰ ਜਿਹੜਾ ਮਜ਼ਬੂਤ ਕਰ ਸਕਦੇ ਹਾਂ हां ਜਲਸਾ ਵਕ ਇਹ ਤਾਂ ਹੈ ਜੇ ਜੇ ਦੀ ਕੋਈ ਵੀ ਫੀਲਡ ਹੈ ਕਿਸੇ ਵੀ ਫੀਲਡ ਚ ਆਪਾਂ ਜਿੰਨੀ ਮਿਹਨਤ ਕਰਾਂਗੇ ਸੱਚੀ ਨੀਤ ਨਾਲ ਮਿਹਨਤ ਕਰਾਂਗੇ ਤਾਂ ਵਾਹਿਗੁਰੂ ਨੂੰ ਫਲ ਲਾਉਂਦਾ ਹੀ ਲਾਉਂਦਾ ਹੈ ਨਾ ਤੇ ਠੀਕ ਹੈ ਇਹਦੇ ਵਿੱਚ ਅਸੀਂ ਮਿਹਨਤ ਕਰਦੇ ਹਾਂ ਸਾਨੂੰ ਉਹਦਾ ਮੁਨਾਫਾ ਵੀ ਮਿਲਦਾ ਹੈ ਪਰ ਸਭ ਤੋਂ ਵੱਡਾ ਜੋ ਮਨ ਨੂੰ ਸਕੂਨ ਮਿਲਦਾ ਨਾ ਇੱਥੇ ਰਹਿ ਕੇ ਸਾਨੂੰ ਪੂਰਾ ਇਸਾ ਦੇ ਬੂਟਿਆਂ ਨਾਲ ਦੇ ਬੱਚਾਂ ਹੀ ਤਰ੍ਹਾਂ ਗੱਲਾਂ ਕਰਕੇ ਜਿਹੜਾ ਸਾਨੂੰ ਸਕੂਨ ਮਿਲਦਾ ਉਹ ਤੁਸੀਂ ਦੁਨੀਆ ਚ ਕਿਤੇ ਵੀ ਚਲੇ ਜਾਓਗੇ ਨਹੀਂ ਮਿਲੇਗਾ ਨਾ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਤੁਸੀਂ ਆਪਣੀ ਮੈਂਟਲੀ ਤੌਰ ਤੇ ਖੁਸ਼ ਹੈ ਨਾ ਤਾਂ ਤੁਹਾਨੂੰ ਰੱਬ ਨੇ ਮੈਂ ਸਮਝਦਾ ਸਭ ਸਾਰਾ ਕੁਝ ਦੇ ਦਿੱਤਾ ਹੈ ਨਾ ਤੇ ਮੈਨੂੰ ਇਹ ਇਹਦੇ ਨਾਲ ਬਹੁਤ ਲਗਾ ਹੋ ਚੁੱਕਿਆ ਹੈ ਨਾ ਤੇ ਮੇਰਾ ਸਮਝ ਲਓ ਜਿਸ ਦਿਨ ਮੈਂ ਕਰਿਆ ਉਹ ਮੇਰਾ ਜੀ ਨਹੀਂ ਲੱਗਦਾ ਨਾ ਜਿੰਨਾ ਚਿਰ ਮੈਂ ਖੇਤ ਦੇ ਵਿੱਚ ਆ ਕੇ ਇੰਨਾ ਨਾ ਗੱਲਾਂ ਨਾ ਕਰਾਂ ਸਟੋਰੀ ਨਾ ਮੇਰਾ ਉਹਨਾਂ ਨੂੰ ਜੀ ਨਹੀਂ ਲੱਗਦਾਗਾ ਕਹਿੰਦੇ ਬੇਜੁਬਾਨ ਹੈ ਲੇਕਿਨ ਇਹ ਵੀ ਜਿਹੜਾ ਹੈਗਾ ਇੱਕ ਮਹਿਸੂਸ ਕਰਦੇ ਹਰੇ ਬਿਲਕੁਲ ਹਰ ਬੂਟਾ ਜੇ ਤੁਸੀਂ ਇਹਦੇ ਵਿੱਚ ਰੋਜ਼ ਆਉਂਗੇ ਨਾ ਤੁਹਾਨੂੰ ਹਰ ਬੂਟਾ ਦੱਸੇਗਾ ਵੀ ਮੈਨੂੰ ਕੀ ਪ੍ਰੋਬਲਮ ਹੈ ਜੇ ਉਹਨੂੰ ਪੁੱਛੋਗੇ ਤਾਂ ਅ ਜੇ ਤੁਸੀਂ ਬਾਹਰੋਂ ਖੜ ਕੇ ਦੇਖ ਕੇ ਮੁੜ ਗਏ ਫਿਰ ਤਾਂ ਉਹਦਾ ਉਹਦਾ ਕੋਈ ਨਹੀਂ ਆਏਗਾ ਪਰ ਜਦੋਂ ਤੁਸੀਂ ਜਿਵੇਂ ਜਿਵੇਂ ਜਿਸ ਜਿਸ ਚੀਜ਼ ਨਾਲ ਲਗਾਓ ਕਰਦੇ ਹੋ ਨਾ ਤੁਹਾਨੂੰ ਆਪਣੇ ਆਪ ਸਾਰਾ ਕੁਝ ਸਮਝ ਆਉਣ ਲੱਗ ਪੈਂਦਾ ਹੈ ਇਹ ਕੁਦਰਤ ਦੀ ਇੱਕ ਇੱਕ ਨਵੇਕਲੀ ਖੇਡ ਹੈ ਹੈਨਾ ਤੇ ਇਹਦੇ ਵਿੱਚ ਮੈਨੂੰ ਬਹੁਤ ਖੁਸ਼ੀ ਮਿਲਦੀ। ਇਹ ਨਹੀਂ ਹੁੰਦਾ ਕਿ ਜਿਵੇਂ ਮਿਆ ਬੀਬ ਜਿਹੜੇ ਇਕੱਠੇ ਜਾਂ ਨੋਕਚੋਕ ਹੁੰਦੀ ਹੈ ਹੁੰਦੀ ਹੈ ਇੱਥੇ ਵੀ ਖੇਤਾਂ 'ਚ। ਨਹੀਂ ਇੰਨਾ ਤਾਂ ਨਹੀਂ ਹੁੰਦਾ ਜੀ ਥੋੜਾ ਬਹੁਤਾ ਕਿਤੇ ਨਾ ਕਿਤੇ ਹੋ ਵੀ ਜਾਂਦਾ ਜਿਵੇਂ ਹੁਣ ਪੈਕਿੰਗ ਦੇ ਵਿੱਚ ਅੱਜ ਹੀ ਸਾਡੀ ਗੱਲ ਹੋ ਗਈ ਸੀ ਕਿ ਹਾਂ ਜੀ ਉਹ ਇਹ ਥੋੜਾ ਭੋਗ ਤੇ ਚਲੇ ਗਏ ਮੈਂ ਇਹਨਾਂ ਨੂੰ ਦੋ ਵਾਰੀ ਫੋਨ ਵੀ ਲਗਾਇਆ ਪੁੱਛਿਆ ਬੀਬੀ ਕਿਸ ਤਰ੍ਹਾਂ ਕਿਵੇਂ ਕਿਵੇਂ ਮੰਡੀਆਂ 'ਚ ਮਾਲ ਪਾਉਣਾ ਫਿਰ ਆ ਕੇ ਥੋੜਾ ਕਬਰ ਆਉਂਦੇ ਵੀ ਸੀਗੇ ਵੀ ਤੁਸੀਂ ਪੈਕਿੰਗ ਸਹੀ ਨਹੀਂ ਕਰਵਾਈ। ਹਾਂ ਜੀ ਉਹ ਥੋੜਾ ਬਹੁਤਾ ਤਾਂ ਫਿਰ ਹੋ ਜਾਂਦਾ ਹਾਂ ਜੀ ਪਰ ਨਹੀਂ ਇੰਨਾ ਜ਼ਿਆਦਾ ਨਹੀਂ ਕਦੇ ਹਾਂ ਜ ਜੇ ਨਿਕਾ ਹੋਣਾ ਵੀ ਚਾਹੀਦਾ ਈ ਫਿਰ ਬਿਲਕੁਲ ਉਹ ਕਹਿੰਦੇ ਹੁੰਦੇ ਕਿ ਪਿਆਰ ਬਣਿਆ ਰਹਿੰਦਾ ਜਿੱਥੇ ਮਾੜੀ-ਮੋਟੀ ਜਿਹੜੀ ਜ਼ਿੰਦਗੀ ਜਿਹੜਾ ਅਸਲੀ ਮਜ਼ਾ ਉਹ ਫੇਰ ਹੀ ਆਏਗਾ ਨਾ ਤੇ ਜੇ ਆਪਾਂ ਉਹ ਇੱਕ ਇੱਕ ਨੇਤੋਂ ਆਪਦੇ ਕਾਮਨਾ ਹੀ ਚੱਲੀ ਜਾਵਾਂਗੇ ਤਾਂ ਉਹ ਜ਼ਿੰਦਗੀ ਥੋੜਾ ਨਾ ਹਾਏ ਕਦੇ ਹਾਸਿਆ ਕਦੇ ਤੇ ਸਾਰਾ ਕੁਝ ਹੋਣਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ ਨਾ ਚਲੋ ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਿਵੇਂ ਕੰਟੈਕਟ ਕਰ ਸਕਦੇ ਹਾਂ ਕੋਈ ਗੱਲ ਜੀ ਜੋ ਵੀ ਕੋਈ ਕਰਨਾ ਚਾਹੁੰਦਾ ਮੈਂ ਤਾਂ ਇਹ ਮੈਂ ਇਹ ਇੱਕ ਲੈ ਕੇ ਚੱਲਿਆ ਹਾਂ ਮੈਂ ਵੀ ਇਹ ਮੇਰੇ ਵੀ ਇਹ ਮਨ ਦੀ ਖਾਸ਼ ਹੈ ਵੀ ਅੱਜ ਕੱਲ ਜਿਵੇਂ ਨਵੀਂ ਜਨਰੇਸ਼ਨ ਆ ਉਹ ਬਾਹਰ ਦੇ ਵੱਲ ਰੁੱਕੀਤਾ ਹੈ ਨਾ ਤੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਰਹਿ ਕੇ ਆਪਣੇ ਪੇਰੈਂਟਸ ਮਾਤਾ ਪਿਤਾ ਦੇ ਵਿੱਚ ਨਾਲ ਰਹਿ ਕੇ ਨਾ ਬਹੁਤ ਕੁਝ ਨਾ ਖੇਤੀ ਦੇ ਵਿੱਚ ਬਹੁਤ ਕੁਝ ਨਵਾਂ ਕੀਤਾ ਹੈ ਕੱਲੀ ਸਟਰਾਬਰੀ ਨੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਅੱਜ ਸਾਡੇ ਪੰਜਾਬ ਨੂੰ ਇਸ ਚੀਜ਼ ਦੀ ਲੋੜ ਹੈ ਨਾ ਹਾਂ ਠੀਕ ਆ ਇੱਕ ਟਾਈਮ ਸੀਗਾ ਜਦੋਂ ਆਪਣੇ ਇੰਡੀਆ ਨੂੰ ਅੰਨ ਦੀ ਜਰੂਰਤ ਸੀਗੀ ਤਾਂ ਉਸ ਦੇ ਵਿੱਚ ਵੀ ਪੰਜਾਬ ਪਿੱਛੇ ਨਹੀਂ ਰਿਹਾ ਉਹਨੇ ਪੂਰਾ ਪੂਰੇ ਆਪਣੇ ਇੰਡੀਆ ਦਾ ਅਨਾਜ ਪੈਦਾ ਕਰਕੇ ਬ레ਡ ਭਰਿਆ ਹਨ ਪਰ ਅੱਜ ਵੱਖ-ਵੱਖ ਤਰ੍ਹਾਂ ਦੇ ਫਰੂਟ ਫੂਡ ਦੀ ਲੋੜ ਆ ਹੈਨਾ ਅੱਜ ਕੱਲ ਬਹੁਤ ਲੋਕ ਵੇਰਨਾ ਹੋ ਚੁੱਕੇ ਆ ਆਪਾਂ ਨੂੰ ਇਹ ਲੋੜ ਆ ਵੀ ਆਪਾਂ ਪੰਜਾਬ ਦੇ ਵਿੱਚ ਨਵੀਂ-ਨਵੀਂ ਤਕਨੀਕ ਨਵੀਂ-ਨਵੀਂ ਖੇਤੀ ਕਰਕੇ ਆਪਾਂ ਇਹਨੂੰ ਇਸ ਚੀਜ਼ ਵੱਲ ਆਈਏ ਤੇ ਨਾਲੇ ਆਪਣੀ ਇਨਕਮ ਦੇ ਵਿੱਚ ਵਾਧਾ ਕਰੀਏ ਹਨ ਤੇ ਇਹ ਮੈਂ ਨਵੇਂ ਜੂਥ ਨੂੰ ਚਾਹਣਾ ਉਹ ਅੱਗੇ ਆਉਣ ਤੇ ਪਿਛਲਾ ਉਹ ਬਜ਼ੁਰਗਾਂ ਵਾਲਾ ਸਾਡਾ ਜਿਹੜਾ ਦਿੱਤਾ ਹੋਇਆ ਸੀਗਾ ਹੁਣ ਸਾਡੇ ਬਜ਼ੁਰਗ ਬਲਦਾਂ ਨਾਲ ਖੇਤੀ ਕਰਦੇ ਸੀ ਹਨਾ ਤੇ ਸਾਡੇ ਫਾਦਰ ਉਹ ਰਿਹਾਏ ਉਹਨਾਂ ਨੇ ਟਰੈਕਟਰਾਂ ਨਾਲ ਖੇਤੀ ਸ਼ੁਰੂ ਕੀਤੀ ਹਨਾ ਤੇ ਹੁਣ ਅਸੀਂ ਆਏ ਤਾਂ ਅਸੀਂ ਇਹਨੂੰ ਬਦਲਾਵ ਵੱਲ ਹੋਰ ਲੈ ਕੇ ਜਾ ਰਹੇ ਹਾਂ ਤੇ ਨਵੇਂ ਜੂਥ ਨੂੰ ਅੱਜ ਦੀ ਲੋੜ ਹੈ ਵੀ ਇਹਨੂੰ ਨਵੇਂ ਬਦਲਾਵ ਵੱਲ ਲੈ ਕੇ ਜਾਈਏ ਸਾਡੇ ਪੰਜਾਬ ਨੂੰ ਉਵੇਂ ਪੂਰਾ ਖੁਸ਼ਹਾਲ ਜਿਵੇਂ ਸੋਨੇ ਦੀ ਚਿੜੀ ਕਹਿੰਦੇ ਐ ਇਹਨੂੰ ਸੋਨੇ ਦੀ ਚਿੜੀ ਬਣਾ ਕੇ ਰਖੀਏ ਤਾਂ ਉਹ ਚੰਗੀ ਗੱਲ ਹੋਏਗੀ ਹਨਾ ਅ ਨੰਬਰ ਕਰ ਸਕਦੇ ਹੋ ਹਾਂ ਮੇਰਾ ਨੰਬਰ ਆ ਜਿਹੜਾ 98142 18349 ਜੋ ਵੀ ਜੋ ਵੀ ਕੋਈ ਮੇਰੇ ਤੋਂ ਚਾਹੁੰਦਾ ਉਹਨੂੰ ਮੈਂ ਉਹ ਹਰ ਕੋਈ ਚੀਜ਼ ਦੱਸਣ ਨੂੰ ਤਿਆਰ ਹਾਂ ਆ ਸੋਨੂੰ ਦਿਖਾਇਆ ਕਿ ਕਿਸ ਤਰ੍ਹਾਂ ਇੱਕ ਜੋੜਾ ਜਿਹੜਾ ਹੈਗਾ ਖੇਤੀ ਦੇ ਨਾਲ ਜੁੜ ਕੇ ਜਿਹੜਾ ਹੈਗਾ ਅੱਜ ਜਿਹੜਾ ਸਟਰਾਬਰੀ ਦੀ ਜਿਹੜੀ ਖੇਤੀ ਕਰ ਰਿਹਾ ਹੈਗਾ ਪਿੰਡ ਕੌਣੀ ਦੇ ਵਿੱਚ ਹੈ ਫਰੈਂਸ ਸਟਰਾਬਰੀ ਫਾਰਮ ਹੈਗਾ ਆ ਜੇਕਰ ਤੁਸੀਂ ਵੀ ਜਿਹੜਾ ਸਟਰਾਬਰੀ ਦੀ ਖੇਤੀ ਕਰਨਾ ਚਾਹੁੰਦੇ ਹੋ ਜਾਂ ਫਿਰ ਹੋਰ ਜਿਹੜੀਆਂ ਬਦਲਾਵ ਵਾਲੀਆਂ ਜਿਹੜੀਆਂ ਖੇਤੀ ਹੈਗੇ ਉਸ ਵੱਲ ਜਾਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਲਾਈ ਜ਼ਰੂਰ ਦੱਸਿਆ ਜੇ ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ